ਆਪਣੀ ਦੁਕਾਨ ਦੇ ਵਿੱਚ ਬੈਠੇ ਇੱਕ ਦੁਕਾਨਦਾਰ ਤੇ ਇੱਕ ਨੌਜਵਾਨ ਇੱਟ ਮਾਰ ਕੇ ਭੱਜ ਗਿਆ ਔਰ ਇਸ ਦਾ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਸਿਖਰ ਦੁਪਹਿਰੇ ਇੱਕ ਦੁਕਾਨਦਾਰ ਆਪਣੀ ਦੁਕਾਨ ਦੇ ਵਿੱਚ ਬੈਠਾ ਸੀ, ਮੋਬਾਈਲ ਚਲਾ ਰਿਹਾ ਸੀ। ਇਹਨੇ ਨੂੰ ਐਕਟਿਵਾ ਤੇ ਸਵਾਰ ਹੋ ਕੇ ਦੋ ਨੌਜਵਾਨ ਆਏ, ਜਿਨ੍ਹਾਂ ਦੇ ਵਿੱਚੋਂ ਇੱਕ ਨੇ ਇੱਟ ਚੱਕੀ ਤੇ ਸਿੱਧਾ ਦੁਕਾਨ ਦੇ ਵਿੱਚ ਵੜ ਗਿਆ ਤੇ ਦੁਕਾਨ ਦੇ ਵਿੱਚ ਬੈਠੇ ਦੁਕਾਨਦਾਰ ਦੀ ਛਾਤੀ ਤੇ ਸਿੱਧਾ ਵਾਰ ਕੀਤਾ। ਇੱਟ ਉਸਦੇ ਵੱਲ ਵਗਾ ਕੇ ਮਾਰੀ ਜੋ ਉਸਦੀ ਛਾਤੀ ਦੇ ਵਿੱਚ ਜ਼ੋਰ ਨਾਲ ਲੱਗੀ। ਮੌਕੇ ਤੋਂ ਇਹ ਐਕਟਿਵਾ ਸਵਾਰ ਫਰਾਰ ਹੋਏ ਨੇ। ਸੀਸੀਟੀਵੀ ਕੈਮਰੇ ਦੇ ਵਿੱਚ ਪੂਰੀ ਘਟਨਾ ਕੈਦ ਹੋਈ ਹੈ, ਜਿਸ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਆਪਣੇ ਜੀਜੇ ਦੇ ਪਿਤਾ ਦੇ ਇੱਟ ਮਾਰ ਕੇ ਇਹ ਨੌਜਵਾਨ ਇੱਥੋਂ ਭੱਜ ਗਿਆ। ਫਿਲਹਾਲ ਸੀਸੀਟੀਵੀ ਤਸਵੀਰਾਂ ਨੂੰ ਆਧਾਰ ਬਣਾ ਕੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ। ਤਾਂ ਅੰਮ੍ਰਿਤਸਰ ਦੇ ਪ੍ਰਤਾਪ ਬਾਜ਼ਾਰ ਦੀ ਇਹ ਵੀਡੀਓ ਹੈ। ਦੁਕਾਨ ਦੇ ਵਿੱਚ ਦੁਕਾਨਦਾਰ ਬੈਠਾ ਮੋਬਾਈਲ ਦੇਖ ਰਿਹਾ ਹੁੰਦਾ। ਇਹਨਾਂ ਨੂੰ ਐਕਟਿਵਾ ਤੇ ਸਵਾਰ ਦੋ ਨੌਜਵਾਨ ਆਏ, ਜਿਨ੍ਹਾਂ ਦੇ ਵਿੱਚੋਂ ਇੱਕ ਨੇ ਇੱਟ ਚੱਕੀ ਤੇ ਸਿੱਧਾ ਦੁਕਾਨ ਦੇ ਵਿੱਚ ਐਂਟਰ ਹੋਇਆ। ਇੱਕਦਮ ਦੁਕਾਨਦਾਰ ਦੇ ਵੱਲ ਇੱਟ ਵਗਾ ਕੇ ਮਾਰੀ ਜੋ ਉਸਦੀ ਛਾਤੀ ਦੇ ਵਿੱਚ ਲੱਗੀ। ਹਾਲਾਂਕਿ ਦੁਕਾਨਦਾਰ ਦੇ ਵੱਲੋਂ ਇਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਇਹ ਤੁਰੰਤ ਮੌਕੇ ਤੋਂ ਫਰਾਰ ਹੋ ਗਿਆ। ਭੱਜਦੇ ਦੀਆਂ ਤਸਵੀਰਾਂ ਕੈਮਰੇ ਦੇ ਵਿੱਚ ਵੀ ਕੈਦ ਹੋਈਆਂ ਨੇ। ਆਪਣੀ ਦੁਕਾਨ ਦੇ ਵਿੱਚ ਬੈਠੇ ਇੱਕ ਦੁਕਾਨਦਾਰ ਤੇ ਇੱਕ ਨੌਜਵਾਨ ਇੱਟ ਮਾਰ ਕੇ ਭੱਜ ਗਿਆ ਔਰ ਇਸ ਦਾ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਸਿਖਰ ਦੁਪਹਿਰੇ ਇੱਕ ਦੁਕਾਨਦਾਰ ਆਪਣੀ ਦੁਕਾਨ ਦੇ ਵਿੱਚ ਬੈਠਾ ਸੀ, ਮੋਬਾਈਲ ਚਲਾ ਰਿਹਾ ਸੀ। ਇਹਨੇ ਨੂੰ ਐਕਟਿਵਾ ਤੇ ਸਵਾਰ ਹੋ ਕੇ ਦੋ ਨੌਜਵਾਨ ਆਏ, ਜਿਨ੍ਹਾਂ ਦੇ ਵਿੱਚੋਂ ਇੱਕ ਨੇ ਇੱਟ ਚੱਕੀ ਤੇ ਸਿੱਧਾ ਦੁਕਾਨ ਦੇ ਵਿੱਚ ਵੜ ਗਿਆ ਤੇ ਦੁਕਾਨ ਦੇ ਵਿੱਚ ਬੈਠੇ ਦੁਕਾਨਦਾਰ ਦੀ ਛਾਤੀ ਤੇ ਸਿੱਧਾ ਵਾਰ ਕੀਤਾ। ਇੱਟ ਉਸਦੇ ਵੱਲ ਵਗਾ ਕੇ ਮਾਰੀ ਜੋ ਉਸਦੀ ਛਾਤੀ ਦੇ ਵਿੱਚ ਜ਼ੋਰ ਨਾਲ ਲੱਗੀ। ਮੌਕੇ ਤੋਂ ਇਹ ਐਕਟਿਵਾ ਸਵਾਰ ਫਰਾਰ ਹੋਏ ਨੇ। ਸੀਸੀਟੀਵੀ ਕੈਮਰੇ ਦੇ ਵਿੱਚ ਪੂਰੀ ਘਟਨਾ ਕੈਦ ਹੋਈ ਹੈ, ਜਿਸ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਆਪਣੇ ਜੀਜੇ ਦੇ ਪਿਤਾ ਦੇ ਇੱਟ ਮਾਰ ਕੇ ਇਹ ਨੌਜਵਾਨ ਇੱਥੋਂ ਭੱਜ ਗਿਆ। ਫਿਲਹਾਲ ਸੀਸੀਟੀਵੀ ਤਸਵੀਰਾਂ ਨੂੰ ਆਧਾਰ ਬਣਾ ਕੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ। ਤਾਂ ਅੰਮ੍ਰਿਤਸਰ ਦੇ ਪ੍ਰਤਾਪ ਬਾਜ਼ਾਰ ਦੀ ਇਹ ਵੀਡੀਓ ਹੈ। ਦੁਕਾਨ ਦੇ ਵਿੱਚ ਦੁਕਾਨਦਾਰ ਬੈਠਾ ਮੋਬਾਈਲ ਦੇਖ ਰਿਹਾ ਹੁੰਦਾ। ਇਹਨਾਂ ਨੂੰ ਐਕਟਿਵਾ ਤੇ ਸਵਾਰ ਦੋ ਨੌਜਵਾਨ ਆਏ, ਜਿਨ੍ਹਾਂ ਦੇ ਵਿੱਚੋਂ ਇੱਕ ਨੇ ਇੱਟ ਚੱਕੀ ਤੇ ਸਿੱਧਾ ਦੁਕਾਨ ਦੇ ਵਿੱਚ ਐਂਟਰ ਹੋਇਆ। ਇੱਕਦਮ ਦੁਕਾਨਦਾਰ ਦੇ ਵੱਲ ਇੱਟ ਵਗਾ ਕੇ ਮਾਰੀ ਜੋ ਉਸਦੀ ਛਾਤੀ ਦੇ ਵਿੱਚ ਲੱਗੀ। ਹਾਲਾਂਕਿ ਦੁਕਾਨਦਾਰ ਦੇ ਵੱਲੋਂ ਇਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਇਹ ਤੁਰੰਤ ਮੌਕੇ ਤੋਂ ਫਰਾਰ ਹੋ ਗਿਆ। ਭੱਜਦੇ ਦੀਆਂ ਤਸਵੀਰਾਂ ਕੈਮਰੇ ਦੇ ਵਿੱਚ ਵੀ ਕੈਦ ਹੋਈਆਂ ਨੇ। ਆਪਣੀ ਦੁਕਾਨ ਦੇ ਵਿੱਚ ਬੈਠੇ ਇੱਕ ਦੁਕਾਨਦਾਰ ਤੇ ਇੱਕ ਨੌਜਵਾਨ ਇੱਟ ਮਾਰ ਕੇ ਭੱਜ ਗਿਆ ਔਰ ਇਸ ਦਾ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਸਿਖਰ ਦੁਪਹਿਰੇ ਇੱਕ ਦੁਕਾਨਦਾਰ ਆਪਣੀ ਦੁਕਾਨ ਦੇ ਵਿੱਚ ਬੈਠਾ ਸੀ, ਮੋਬਾਈਲ ਚਲਾ ਰਿਹਾ ਸੀ। ਇਹਨੇ ਨੂੰ ਐਕਟਿਵਾ ਤੇ ਸਵਾਰ ਹੋ ਕੇ ਦੋ ਨੌਜਵਾਨ ਆਏ, ਜਿਨ੍ਹਾਂ ਦੇ ਵਿੱਚੋਂ ਇੱਕ ਨੇ ਇੱਟ ਚੱਕੀ ਤੇ ਸਿੱਧਾ ਦੁਕਾਨ ਦੇ ਵਿੱਚ ਵੜ ਗਿਆ ਤੇ ਦੁਕਾਨ ਦੇ ਵਿੱਚ ਬੈਠੇ ਦੁਕਾਨਦਾਰ ਦੀ ਛਾਤੀ ਤੇ ਸਿੱਧਾ ਵਾਰ ਕੀਤਾ। ਇੱਟ ਉਸਦੇ ਵੱਲ ਵਗਾ ਕੇ ਮਾਰੀ ਜੋ ਉਸਦੀ ਛਾਤੀ ਦੇ ਵਿੱਚ ਜ਼ੋਰ ਨਾਲ ਲੱਗੀ। ਮੌਕੇ ਤੋਂ ਇਹ ਐਕਟਿਵਾ ਸਵਾਰ ਫਰਾਰ ਹੋਏ ਨੇ। ਸੀਸੀਟੀਵੀ ਕੈਮਰੇ ਦੇ ਵਿੱਚ ਪੂਰੀ ਘਟਨਾ ਕੈਦ ਹੋਈ ਹੈ, ਜਿਸ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਆਪਣੇ ਜੀਜੇ ਦੇ ਪਿਤਾ ਦੇ ਇੱਟ ਮਾਰ ਕੇ ਇਹ ਨੌਜਵਾਨ ਇੱਥੋਂ ਭੱਜ ਗਿਆ। ਫਿਲਹਾਲ ਸੀਸੀਟੀਵੀ ਤਸਵੀਰਾਂ ਨੂੰ ਆਧਾਰ ਬਣਾ ਕੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ। ਤਾਂ ਅੰਮ੍ਰਿਤਸਰ ਦੇ ਪ੍ਰਤਾਪ ਬਾਜ਼ਾਰ ਦੀ ਇਹ ਵੀਡੀਓ ਹੈ। ਦੁਕਾਨ ਦੇ ਵਿੱਚ ਦੁਕਾਨਦਾਰ ਬੈਠਾ ਮੋਬਾਈਲ ਦੇਖ ਰਿਹਾ ਹੁੰਦਾ। ਇਹਨਾਂ ਨੂੰ ਐਕਟਿਵਾ ਤੇ ਸਵਾਰ ਦੋ ਨੌਜਵਾਨ ਆਏ, ਜਿਨ੍ਹਾਂ ਦੇ ਵਿੱਚੋਂ ਇੱਕ ਨੇ ਇੱਟ ਚੱਕੀ ਤੇ ਸਿੱਧਾ ਦੁਕਾਨ ਦੇ ਵਿੱਚ ਐਂਟਰ ਹੋਇਆ। ਇੱਕਦਮ ਦੁਕਾਨਦਾਰ ਦੇ ਵੱਲ ਇੱਟ ਵਗਾ ਕੇ ਮਾਰੀ
ਜੋ ਉਸਦੀ ਛਾਤੀ ਦੇ ਵਿੱਚ ਲੱਗੀ। ਹਾਲਾਂਕਿ ਦੁਕਾਨਦਾਰ ਦੇ ਵੱਲੋਂ ਇਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਇਹ ਤੁਰੰਤ ਮੌਕੇ ਤੋਂ ਫਰਾਰ ਹੋ ਗਿਆ। ਭੱਜਦੇ ਦੀਆਂ ਤਸਵੀਰਾਂ ਕੈਮਰੇ ਦੇ ਵਿੱਚ ਵੀ ਕੈਦ ਹੋਈਆਂ ਨੇ।